ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਦੇ ਵੱਲੋਂ ਮੋਟਰਸਾਈਕਲ, ਸਕੂਟੀ ਤੇ ਇੱਕ ਆਟੋ ਨੂੰ ਜ਼ਬਰਦਸਤ ਟੱਕਰ ਮਾਰੀ ਗਈ, ਜਿਸ ਦੇ ਨਾਲ ਇਹ ਜ਼ਮੀਨ ਤੇ ਡਿੱਗ ਪਏ। 5 ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਸਵੀਰਾਂ ਬਟਾਲਾ ਤੋਂ ਸਾਹਮਣੇ ਆਈਆਂ ਨੇ। ਡੇਰਾ ਬਾਬਾ ਨਾਨਕ ਰੋਡ ਫਲਾਈਓਵਰ ਤੇ ਸਿਖਰ ਦੁਪਹਿਰੇ ਇਹ ਭਿਆਨਕ ਹਾਦਸਾ ਹੋਇਆ। ਜਾਣਕਾਰੀ ਅਨੁਸਾਰ ਸਵਿਫਟ ਗੱਡੀ ਦੇ ਵਿੱਚ ਸਵਾਰ, ਜੋ ਕਿ ਨਸ਼ੇ ਦੀ ਹਾਲਤ ਵਿੱਚ ਸਨ, ਓਵਰ ਸਪੀਡ ਕਾਰਨ ਸਵਿਫਟ ਗੱਡੀ ਨੇ ਇਸ ਹਾਦਸੇ ਨੂੰ ਅੰਜਾਮ ਦਿੱਤਾ। ਮੌਕੇ ਤੋਂ ਕਾਰ ਸਵਾਰ ਫਰਾਰ ਹੋ ਗਏ, ਪਰ ਆਪਣੀ ਇਸ ਗਲਤੀ ਕਾਰਨ 5 ਲੋਕਾਂ ਨੂੰ ਜ਼ਖਮੀ ਕਰ ਗਏ। ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਜਿਨ੍ਹਾਂ ਨੇ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਔਰ ਟ੍ਰੈਫਿਕ ਸ਼ੁਰੂ ਕਰਵਾਇਆ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਸਕੂਟੀ, ਆਟੋ ਤੇ ਮੋਟਰਸਾਈਕਲ, ਜਿਨ੍ਹਾਂ ਨੂੰ ਭਿਆਨਕ ਟੱਕਰ ਮਾਰੀ। ਨਸ਼ੇ ਦੀ ਹਾਲਤ ਵਿੱਚ 2 ਸ਼ਖਸ ਕਾਰ ਚਲਾ ਰਹੇ ਸੀ। ਇਸ ਮੌਕੇ ਭਿਆਨਕ ਹਾਦਸਾ ਹੋਇਆ ਔਰ ਇਹ ਕਾਰ ਸਵਾਰ ਕਾਰ ਨੂੰ ਉੱਥੇ ਛੱਡ ਕੇ ਆਪ ਮੌਕੇ ਤੋਂ ਫਰਾਰ ਹੋਏ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ 3 ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਪੁਲਿਸ ਦੇ ਵੱਲੋਂ 5 ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕੋਲੋਂ ਤੋਂ ਉਤਰਨ ਡੇ ਥੱਲੇ ਗੱਡੀ 'ਤੇ ਸੀਗਾ ਮੈਂ, ਉਹ ਅੱਗੋਂ ਕਾਰ ਆਈ, ਕਾਰ ਵਾਲੇ ਨੇ ਓਵਰਟੇਕ ਕਰਨ ਗਿਆ, ਪਹਿਲਾਂ ਮੋਟਰਸਾਈਕਲ ਨੂੰ ਉੱਪਰ ਦਿੱਤਾ, ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰੇ। ਹਾਂਜੀ, ਦੌੜ ਗਏ, ਆਪ ਦਾਰੂ ਪੀਤੀ। ਹਾਂ, 3 ਜਨਾਨੀਆਂ ਸੀ ਇਹਦੇ ਵਿੱਚ, 2 ਜਾਣੇ ਸੀ। ਹਾਂਜੀ, ਨੁਕਸਾਨ ਵੀ ਹੋਇਆ ਵਹੀਕਲਾਂ ਦਾ? ਹਾਂ, ਬਹੁਤ ਜ਼ਿਆਦਾ, ਮੇਰੇ ਸੀਸਾ ਟੁੱਟ ਗਿਆ, ਬੜਾ ਭੱਜ ਗਿਆ, 40-50 ਮੋਟਰਸਾਈਕਲ ਤੋਂ ਉਹ ਪਤਾ ਨਹੀਂ ਕਿੱਥੇ ਲੈ ਗਏ, ਉਹਨਾਂ ਦਾ ਜ਼ਿਆਦਾ ਨੁਕਸਾਨ। ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦਲਿਆ ਨਾ, ਉਹ ਪਤਾ ਨਹੀਂ ਉਹਨਾਂ ਨੂੰ ਹੋਰ ਲੈ ਲਈ ਰੋਡ ਦੇ ਸੀਗੇ ਬੰਦੇ, ਉਹਨਾਂ ਨੂੰ ਪਤਾ ਨਹੀਂ ਕਿਹੜੇ ਹਸਪੀਟਲ ਖੜਿਆ, ਉਹਨਾਂ ਦਾ ਜ਼ਿਆਦਾ ਨੁਕਸਾਨ। ਵੀਰ ਜੀ, ਗੱਡੀ ਆਉਂਦੀ, ਗਾਲੀਆਂ ਬੜੀ ਤੇਜ਼, ਆਟੋ 'ਚ ਮਾਰੀ ਗੱਡੀ। ਹਾਂਜੀ, ਆਟੋ 'ਚ ਗੱਡੀ ਮਾਰੀ, ਅਸੀਂ ਆਟੋ 'ਚ। ਕਸੂਰ ਗੱਡੀ ਵਾਲੇ ਦਾ ਵੀਰ ਜੀ, ਆਟੋ ਵਾਲਾ ਤੇ ਆਪਣੇ ਹੱਥ ਆਉਣ ਡਿਆ ਸੀ। ਪ੍ਰਸ਼ਾਸਨ ਕੋ ਅਸੀਂ ਕੀ ਮੰਗ ਕਰਨੀ, ਅਸੀਂ ਤੇ ਇੰਨਾ ਹੀ ਆਨੇ ਵੀਰ ਜੀ, ਅਸੀਂ ਬਚ ਗਏ ਹਾਂ, ਆਟੋ ਵਾਲੇ ਦੀ ਮਦਦ ਕੀਤੀ ਜਾਏ, ਮਾਤੜ ਬੰਦਾ। ਮੇਰਾ ਨਾਮ ਸੁਖਮਿੰਦਰ ਕੌਰ ਆ, ਮੈਂ ਤੇ ਆਟੋ 'ਚ ਜਾ ਰਹੀ ਸੀਗੀ, ਰਸਤੇ 'ਚ ਦੇਖਿਆ ਕਿ ਐਕਸੀਡੈਂਟ ਹੋਇਆ ਪਿੱਛੇ ਕਾਫੀ, ਮੈਂ ਆਪਣਾ ਆਟੋ ਖਲਾਰ ਕੇ ਅੱਗੇ ਆ ਕੇ ਦੇਖਿਆ, ਮਰਮ ਪੱਟੀ ਕੀਤੀ ਆ, ਹਾਲਤ ਨਹੀਂ ਦੇਖੀ ਜਾ ਰਹੀ, ਕਾਫੀ ਜ਼ਿਆਦਾ ਜਿਹੜੇ ਉਹਨਾਂ ਦੇ ਡੀਪਲੀ ਇੰਜਰਡ ਹੋਏ ਨੇ, ਉਹਨਾਂ ਦੇ ਆਟੋ ਚਾਲਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਤੇ ਜਿਹੜੇ ਨਾਲ ਪੈਸੈਂਜਰ ਬੈਠੀਆਂ ਸੀ ਸਵਾਰੀਆਂ ਉਹ ਵੀ। ਮੈਂ ਤਾਂ ਕਿਤੇ ਬਹੁਤ ਦੂਰ ਪਿੱਛੇ ਆਟੋ 'ਚ ਬੈਠੀ ਹੋਈ ਸੀ, ਮੈਂ ਦੇਖਿਆ ਕਿ ਕੀ ਗੱਲ ਆ, ਮੈਂ ਉਸ ਆਟੋ 'ਚ ਉਤਰ ਕੇ ਆ ਕੇ ਅੱਗੇ ਇਹਨਾਂ ਦੀ ਆਪ ਖੁਦ ਮਰਮ ਪੱਟੀ ਕੀਤੀ ਆ, ਹਾਲਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਆ, ਬਾਕੀ ਗੱਡੀ ਵੀ ਬਹੁਤ ਭੱਜ ਚੁੱਕੀ ਜਿਹਦੇ ਨਾਲ ਐਕਸੀਡੈਂਟ ਹੋਇਆ ਜਿਹਨੇ ਕੀਤਾ ਨਾਲ।